हाँ जी प्यारे विद्यार्थियों, थोड़ा स्वागत है। इंडिया पोस्ट दे विच एक नवी भर्ती निकली है। डाक विभाग दे विच 30,000 ग्रामीण डाक सेवावां, किस तरह अप्लाई करने दसदे आ पूरी जानकारी पूरी डिटेल। सब तो पहला इस वीडियो नूं लाइक कर दो, चैनल नूं सबसक्राइब कर दो, लगातार इस तरह दी अपडेट्स पाउण दे लई। इहदे विच ग्रामीण डाक सेवा निकली है, ठीक है। लखां उम्मीदवारां लई खुशखबरी है। ਇਹਦੇ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਪੰਜਾਬ, ਦੇਖੋ ਪੰਜਾਬ ਦੇ ਵਿਦਿਆਰਥੀ ਵੀ ਜਿਹੜੇ ਆ ਭਰ ਸਕਦੇ ਆ। ਇੱਥੇ ਜਿਹੜੀ ਆ 30,000 ਤੋਂ ਵੱਧ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ, ਠੀਕ ਹੈ। 30,000 ਭਰਤੀਆਂ ਨੇ, ਦੇਖ ਸਕਦੇ ਹੋ, ਨੋਟੀਫਿਕੇਸ਼ਨ ਕੱਲ੍ਹ ਜਾਰੀ ਹੋਇਆ ਸੀ 3 ਅਗਸਤ ਨੂੰ, ਅਤੇ 3 ਅਗਸਤ ਨੂੰ ਹੀ ਭਰਤੀ ਭਰਨੀ ਸ਼ੁਰੂ ਹੋ ਗਈ ਸੀ। ਲਾਸਟ ਮਿਤੀ ਜਿਹੜੀ ਹੈ 23 ਅਗਸਤ ਆ, ਮਾੜੀ ਜਾਣੀ ਕਿ ਜਿਹੜੇ ਆ 19-20 ਦਿਨ ਹੈਗੇ ਤੁਹਾਡੇ ਕੋਲ ਭਰਤੀ ਭਰ ਦਿਓ, ਜਿਹਦੇ ਵਿੱਚ 30,000 ਤੋਂ ਪਲੱਸ ਜਿਹੜੀਆਂ ਡਾਕ ਸੇਵਾਵਾਂ ਨਿਕਲੀਆਂ ਨੇ। ਜਿਹੜਾ ਜੁਲਾਈ ਦਾ ਸ਼ਡਿਊਲ ਨੰਬਰ 2 ਦੇ ਅਨੁਸਾਰ ਭਰਤੀਆਂ ਕੱਢੀਆਂ ਗਈਆਂ ਨੇ। ਇੱਕ ਗੱਲ ਧਿਆਨ ਨਾਲ ਸਾਨੂੰ ਉਹਦੀ ਇਲੀਜੀਬਿਲਟੀ ਕੀ ਹੈ, ਜਿਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਹੈ, ਜਾਣੀ ਕਿ ਪੰਜਾਬ ਬੋਰਡ ਤੋਂ ਕੀਤੀ ਹੈ ਨਾ, ਆਪਾਂ ਪੰਜਾਬ ਦੀ ਗੱਲ ਕਰਾਂਗੇ, ਤਾਂ ਉਹ ਇਸ ਨੂੰ ਭਰ ਸਕਦਾ ਵਾ, ਠੀਕ ਹੈ। ਮਾਨਤਾ ਪ੍ਰਾਪਤ ਤੋਂ ਹੋਣਾ ਚਾਹੀਦਾ, ਅਤੇ ਸਰਕਾਰੀ ਭਾਸ਼ਾ ਪੜ੍ਹੀ ਹੋਣੀ ਚਾਹੀਦੀ, ਮਤਲਬ ਪੰਜਾਬੀ ਲੈਂਗੁਏਜ ਉਹਨੇ ਪੜ੍ਹੀ ਹੋਣੀ ਚਾਹੀਦੀ ਹੈ ਪਹਿਲੀ ਕਲਾਸ ਤੋਂ ਲੈ ਕੇ, ਠੀਕ ਹੈ। ਉਮਰ ਦੀ ਗੱਲ ਕਰੀਏ ਤਾਂ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, 23 ਸਾਲ, 23 ਅਗਸਤ ਨੂੰ 40 ਸਾਲ ਤੋਂ ਵੱਧ ਵੀ ਨਹੀਂ ਹੋਣੀ ਚਾਹੀਦੀ, ਠੀਕ ਹੈ। ਮਤਲਬ 39 ਸਾਲ ਤੱਕ ਬੰਦਾ ਭਰ ਸਕਦਾ 18 ਸਾਲ ਤੋਂ। ਰਾਖਵੀਆਂ ਸ਼੍ਰੇਣੀਆਂ ਲਈ ਕਾਫੀ ਸੀਟਾਂ ਬਾਕੀ ਨੇ। ਫੀਸ ਬਾਰੇ ਪੂਰੀ ਸਟਰਕਚਰ, ਬਾਕੀ ਜਾਣਕਾਰੀ ਡਿਸਕ੍ਰਿਪਸ਼ਨ ਵਿੱਚ ਲਿੰਕ ਤੁਹਾਨੂੰ ਮਿਲ ਜਾਏਗਾ, ਠੀਕ ਹੈ। ਜਾਂ ਤੁਹਾਨੂੰ ਜਿਹੜੀ ਇਹ ਵੈਬਸਾਈਟ ਦਿਖ ਰਹੀ ਆ, ਇਸ ਵੈਬਸਾਈਟ 'ਤੇ ਜਾ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਲੈ ਸਕਦੇ ਹੋ, ਭਰਤੀ ਨੂੰ ਅਪਲਾਈ ਕਰ ਸਕਦੇ ਹੋ। ਹੁਣੀ ਜਾਓ ਇਸ ਵੈਬਸਾਈਟ 'ਤੇ, ਇਸ ਭਰਤੀ ਨੂੰ ਭਰੋ। ਧੰਨਵਾਦ।